क्या कहना रब्बा तेरा, पता नहीं अभी कोई पाप किते आ, पता नहीं साढ़े पिंड वाले ने कोई पाप किता है, साढ़े ही नहीं मीह पैंदा, बाकी सारे पासे मीह पै गया कल। ओ राह ची, हाँ जी प्रधान जी की हाल चाल है, गुड मॉर्निंग सारे ने पहला था, ते फाइनली वी आर रेडी आ गो फॉर अ जिम। ओके यार इंग्लिश विच मैं कदे कदे गल कर लैंदा हुन्ना, सो इन्ना नू लाइटली नहीं लेना गल नू, कि नहीं कहन। ओ फाइनली आई एम गोइंग टू अ जिम। ओके देन किरण लस्सी पाई और कप्तान कप्तान अरे हाँ जी किदा, तेनों पता साडा ब्लॉग हुण 11 बजे आ जा करना, कहना लस्सी पीण दे परे कर कैमरा ये बहुत पखंड करता है। हाँ जी प्रधान जी चलो ठीक है, तो पहले जिम जाइए तो हम ब्लॉग कंटिन्यू बनाया करेंगे सवेर तक शाम तक, तो जिन्ना ब्लॉग बने दो दिन आप 11 बजे पाया करेंगे, उदा सारा सिस्टम सैट आ जू, क्योंकि बाई वाले फिर आप इदा शाम को ब्लॉग पाने, ब्लॉग पूरा नहीं होंगे वो करके ब्लॉग रह जाता इदा है, मतलब हूँ एक बार फिर लावे योर ब्लॉगों वाला कि नहीं करन, मैं एक बार फिर लावे योर ब्लॉगों से। चलो चलो ओके, ऐसा तो नहीं चलेगा ना काम ये तो बात अच्छी नहीं है ना आपकी, एक बज गया, जैक बज गया, कोई कहता जय पापे दी, कोई कुछ कहता तू जैक बज गया शीशे बुखार हो गया पता ही नहीं ਤੇਰਾ ਸੁਣ ਕੇ ਪਤਾ ਲੱਗਾ ਹੋਣਾ ਵੀ ਇਹ ਜ਼ਰੂਰੀ ਕੰਮ ਨਹੀਂ ਮੁੱਕਣੇ ਹੈਗੇ ਬੰਦੇ ਨੇ ਮੁੱਕਿਆ ਤੇ ਹਾਂਜੀ ਕਾਫੀ ਜਣਾਂ ਦੇ ਕਮੈਂਟਸ ਆਏ ਤੁਸੀਂ ਟਾਈਮ ਚੇਂਜ ਕਰਤਾ ਵਲੌਗਸ ਦਾ, ਹਾਂਜੀ ਟਾਈਮ ਚੇਂਜ ਕਰਤਾ ਤੇ ਆ ਲੋ ਇਹ ਅੱਧੇ ਚ ਸ਼ਾਮ ਅੱਧੇ ਜਦੋਂ ਧੁੱਪ ਪਵਨੇ ਉਹ ਇਦਾਂ ਹੀ ਹੁੰਦਾ ਅੱਜ ਕੱਲ ਇਦਾਂ ਕਾਤੇ ਹੁੰਦਾ ਆ ਇਹ ਇਦਾਂ ਹੀ ਹੁੰਦਾ ਗਿਰਨ ਹਾਂ ਹੁਣ ਮੈਂ ਇਦਾਂ ਨਹੀਂ ਬਤਾ ਸਕਦਾ ਕਾਹਦੇ ਦੇਖੋ ਕਿ ਮੈਂ ਹਜੇ ਉੱਪਰ ਨਹੀਂ ਗਿਆ ਜਦੋਂ ਮੈਂ ਸਾਇੰਸ ਸਿਟੀ ਨਾਲ ਰਲ ਗਿਆ ਜਾਂ ਕਿ ਸਿੱਧਾ ਹੀ ਸਾਇੰਸ ਹਾਂ ਫੇਰ ਮੈਂ ਦੱਸਣਾ ਸਾਇੰਸ ਕਿਉਂਕਿ ਮੈਂ ਜਾ ਕੇ ਪਹਿਲਾਂ ਇਹੀ ਚੀਜ਼ ਪੁੱਛਣੀ ਮੈਨੂੰ ਕਿਰਨ ਨੇ ਪੁੱਛੀ ਵੱਧੇ ਧੁੱਪ ਤੇ ਸ਼ਾਂ ਕਿਦਾਂ ਹੋ ਸਕਦੀ ਹੈ गर्मी च खाए थोड़ा तो गर्मी आती होंगी खा जुदा भी मरेगा अपनी बन चुकड़ा लगे दस दियो किस करके बहुत फेमस रोड है सॉरी
ਤੇ ਅੱਜ ਨਾ ਮੈਂ ਹੈਡ ਵਾਸ਼ ਵੀ ਕਰਾਉਣਾ ਸੀਗਾ ਕਿਉਂਕਿ ਮੈਂ ਕਰਾਇਆ ਸੀਗਾ ਵਾਲਾਂ ਨੂੰ ਸਮੂਥਨਿੰਗ ਤੇ ਪਰਸੋਂ ਜਿਹੜੇ ਆਪਾਂ ਦੋ ਦਿਨ ਬਿਜ਼ੀ ਰਹੇ ਹਾਂ ਇੱਕ ਦਿਨ ਸਮੂਥਨਿੰਗ ਕਰਾਈ ਸੀ ਇੱਕ ਦਿਨ ਪਾਉਣੇ ਹੋਣੀ ਪਤਾ ਨਹੀਂ ਕਿੱਥੇ ਸੀ ਪਾਉਣੇ ਹੋਣੀ ਵੀ ਆ ਜਾਣਾ ਪਤਾ ਨਾ ਗੱਲਾਂ ਹੀ ਆ ਕਰਾਉਂਗੀ ਚਲੋ ਬਾਕੀ ਆਪਣਾ ਸਲੂਨ ਵੀ ਘਰ ਦਾ ਹੀ ਆ ਤਾਂ ਕਰਕੇ ਥੋੜਾ ਜਿਹਾ ਮੇਰੇ ਗ੍ਰੇ ਹੇਅਰ ਆ ਉਹਦੇ ਕਰਕੇ ਨਾ ਕਲਰ ਪਹਿਲੀ ਹੋਇਆ ਸੀਗਾ ਜਦੋਂ ਸਮੂਥਨਿੰਗ ਵਾਲੀ ਉਹਨਾਂ ਨੇ ਟਿਊਬਸ ਲਾਈਆਂ ਸੀ ਉਹਦੇ ਨਾਲ ਮੇਰੇ ਵਾਲਾਂ ਦਾ ਕਲਰ ਚੇਂਜ ਹੋ ਗਿਆ ਹੁਣ ਤੁਸੀਂ ਦੇਖਿਆ ਹੋਣਾ ਤੇ ਪਵਨ ਨੇ ਮੈਨੂੰ ਆਉਂਦੇ ਰੰਗ ਫੇਰ ਕਰਾਇਆ ਵਾਲਾਂ ਨੂੰ ਮੈਂ ਕਿਹਾ ਰੰਗ ਨੀ ਕਰਾਇਆ ਹੈਗਾ ਕਲਰ ਚੇਂਜ ਹੋ ਗਿਆ ਵਾਲਾਂ ਦਾ ਬਾਕੀ ਦੇਖ ਕੇ ਸੋਹਣੇ ਲੱਗਦੇ ਆ ਵਾਲ ਬਾਕੀ ਇਹ ਮੈਂ ਕਰਾਏ ਹੈਗੇ ਗੁਰਿੰਦਰ ਜੀ ਤੋਂ ਮੈਂ ਉਹਨਾਂ ਦੀ ਆਈ ਡੀ ਇੰਸਟਾ ਤੇ ਵੀ ਮੈਂਸ਼ਨ ਕੀਤੀ ਹੋਈ ਹੈ ਮੈਂ ਦੁਬਾਰਾ ਰੀਲ ਵੀ ਉਦਾਂ ਪਾਉਂਗੀ ਕੱਲ ਨੂੰ ਪਾਵਾਂਗੀ ਉਹ ਗਲੈਮ ਬਾਈ ਗੁਰੀ ਗਲੈਮ ਬਾਈ ਗੁਰੀ ਨਵਾਂ ਸ਼ਹਿਰ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸਿਸ ਦੇ ਉੱਤੇ ਸਾਰੀਆਂ ਸਰਵਿਸਿਸ ਅਵੇਲੇਬਲ ਆ ਏਅਰ ਨੇਲਸ ਜਿੱਦਾਂ ਮਰਜ਼ੀ ਹੈ ਨਾ ਅਤੇ ਬਾਕੀ ਮਸਟ ਵਿਜ਼ਿਟ ਇੱਕ ਵਾਰੀ ਚੈੱਕ ਜ਼ਰੂਰ ਕਰਿਓ ਅਤੇ ਬਾਕੀ ਆਪਾਂ ਉੱਦਾਂ ਹੀ ਨਹੀਂ ਪ੍ਰਮੋਟ ਕਰਦੇ ਉਹਨੇ ਚੀਜ਼ ਤੁਹਾਡੇ ਨਾਲ ਹੋ ਗਈ ਪ੍ਰਮੋਟ ਕਰੀ ਦਿੰਦੀ ਆ ਜਿਹੜੀ ਚੀਜ਼ ਐਕਚੁਅਲ 'ਚ ਵਧੀਆ ਹੋਵੇ ਅਤੇ ਮੈਨੂੰ ਬਹੁਤ ਪਸੰਦ ਆ ਮਾੜੀ ਚੀਜ਼ ਆ ਪਸੰਦ ਮੈਂ ਨਾ ਇੱਕ ਵਾਰ ਨਾ ਮੈਂ ਕੀ ਕੀਤਾ ਮੈਂ ਮਹਿੰਗੀ ਤੋਂ ਮਹਿੰਗੀ ਚੀਜ਼ ਵੀ ਕਰਾ ਕੇ ਦੇਖ ਲਈ ਮੈਂ ਕਿਸੇ ਹੋਰ ਜਗ੍ਹਾ ਤੋਂ ਕਰਵਾਏ ਸੀ ਬੈਚੁਕ ਜਿਹੇ ਮਤਲਬ ਕੋਈ ਪ੍ਰੋਬਲਮ ਸੀਗੀ ਉਹਦੇ ਕਰਕੇ ਮੇਰੇ ਕੋਲ ਦੀਦੀ ਕੋਲ ਜਾ ਨਹੀਂ ਹੋਇਆ ਸੀਗਾ ਅਤੇ ਮੈਂ ਉੱਧਰੋਂ ਕਰਵਾ ਲਏ ਸੀ ਪਰ ਦੀਦੀ ਉਹਨੇ ਆਫ ਕੀਤੇ ਹੋਏ ਸੀਗਾ ਸ਼ਾਇਦ ਹੈ ਨਾ ਅਤੇ ਮੈਨੂੰ ਬਹੁਤ ਕਾਹਲੀ ਸੀ ਉਦੋਂ ਮੈਂ ਕਰਵਾ ਲਏ ਸੀ ਅਤੇ ਮੇਰੇ ਵਾਲ ਬਿਲਕੁਲ ਖਰਾਬ ਕਰਦੇ ਸੀ ਫਿਰ ਮੈਂ ਦੁਬਾਰਾ ਠੀਕ ਕਰਾਉਣ ਦੀਦੀ ਕੋਲ ਗਈ ਸੀਗੀ ਸਾਰੇ ਪੇਸ਼ੈਂਟ ਥੋੜੋ ਵਿੱਚ ਵਾਲ ਵਾਲੇ ਦੱਸ ਦੇ ਤੂੰ ਦੱਸੀ ਜਾਂਦੀ ਆ ਫਿਰ ਸਾਰੇ ਵਿੱਚ ਪੇਸ਼ੈਂਟ ਦੇ ਦੇ ਬਦਰੀ ਵੀਡੀਓ ਫੋਲੋ ਕਰਿਓ ਦੀ ਨੂੰ ਠੀਕ ਆ ਤੇ ਬਾਈ ਜਿਹੜਾ ਵਧੀਆ ਕੰਮ ਕਰਦਾ ਯਾਰ ਆਪਾਂ ਤਾਂ ਉਹਨੂੰ ਕਰਾਂਗੇ ਨਹੀਂ ਉਹ ਤਾਂ ਕੰਮ ਦੇ ਆ ਮੈਂ ਆਪ ਕਿਤੇ ਕੰਮ ਤਾਂ ਬਹੁਤ ਔਖੇ ਨੇ ਮੋੜਾ ਦੇ ਚਲੋ ਠੀਕ ਆ ਮੈਂ ਪਿਛਲੇ ਮੰਡੀ ਕੋਥੋਂ ਕਰਾਈ ਸੀ ਬੜੀ ਘੈਂਟ ਸੀ ਕਰਾਈ ਹੋਣੀ ਆ ਠੀਕ ਆ ਚਲੋ ਓਕੇ ਬਾਏ ਬਾਕੀ ਆਪਾਂ ਮਿਲਦੇ ਹਾਂ ਹੁਣ ਤੁਹਾਨੂੰ ਸ਼ਾਮ ਨੂੰ ਤੇ ਕਿਉਂਕਿ ਆਪਾਂ ਘਰੇ ਪਹੁੰਚਣ ਲੱਗੇ ਆ ਘਰੇ ਪਹੁੰਚ ਕੇ ਰੋਟੀ ਪਾਣੀ ਖਾ ਕੇ ਤੇ ਥੋੜੀ ਰੈਸਟ ਉਹ ਸਾਨੂੰ ਮੈਂ ਸ਼ਾਮੀ ਸਲੂਨ ਚ ਫਰੀ ਗੱਲਾਂ ਮਾਰਦੇ ਤਾਂ ਕਰਕੇ ਫਰੀ ਫਰੂ ਨਹੀਂ ਹੁੰਦਾ ਯਾਰ ਅੰਦਾ ਮਤਲਬ ਥੋੜਾ ਇਹਦਾ ਇੱਕ ਪ੍ਰਾਈਸ ਬਹੁਤ ਰੀਜ਼ਨੇਬਲ ਆ ਭਾਵੇਂ ਰੋਜ਼ ਜਾਈ ਜੋ ਇਹਨਾਂ ਹਾਂ ਰੋਜ਼ ਆਈ ਜੋ ਪੈ ਤੁਹਾਡੇ ਵਿੱਚ ਮੌਕੇ ਤੋਂ ਹਟ ਜਿਓ ਕਦੋਂ ਹੁਣ ਨਹੀਂ ਹੁਣ ਘੱਟੇ ਹੀ ਜਾਈਦਾ ਚਲੋ ਬਾਕੀ ਤੁਹਾਨੂੰ ਪਤਾ ਹੀ ਹੈ ਕਿੰਨਾ ਕੁ ਜਾਂਦੇ ਆ ਆਪਾਂ ਨਾ ਜਰੂਰੀ ਕੰਮ ਲਈ ਆਪਾਂ ਏਦਾਂ ਘੁੰਮ ਕੇ ਚਲ ਗਏ ਸੀਗੇ ਏਦਾਂ ਨੀ ਗਏ ਸੀ ਪਰ ਆਪਾਂ ਏਦਾਂ ਹੀ ਗਏ ਸੀ ਕੋਈ ਗੱਲ ਨੀ ਆਪਾਂ ਹੁਣ ਕੱਲ ਨੂੰ ਲੈ ਕੇ ਆਵਾਂਗੇ ਦੇਖਦੇ ਨੀ ਤਾਂ ਡਾਕਟਰ ਨੂੰ ਬੁਲਾ ਲਵਾਂਗੇ ਜੇ ਜ਼ਿਆਦਾ ਗੱਲ ਹੋਈ ਨਹੀਂ ਨਹੀਂ ਟਿਊਬ ਹੀ ਲਿਆਉਣੀ ਚਲੋ ਫਿਰ ਓਕੇ ਬਾਏ ਮਿਲਦੇ ਆ ਤੁਹਾਨੂੰ ਹੁਣ ਸ਼ਾਮ ਜ਼ਿੰਦਗੀ ਹੋਵੇ ਕਿਰਨ ਵਰਗੀ ਹੋਵੇ ਬੰਦੇ ਦੀ ਗੱਡੀਆਂ ਨਿਕਲੋ ਗਿਫਟ ਆਏ ਹੁੰਦੇ ਆ ਨਾ ਦੇਖ ਲੈ ਕਪਤਾਨ ਇਹ ਵੀ ਨਾਲੇ ਆ ਗਿਆ ਅੰਦਰ ਨੂੰ ਤੂੰ ਇੱਥੇ ਕਰਨਾ ਚੱਲ ਬਾਹਰ ਹੁਣ ਗਿਫਟ ਕਿਹਨੇ ਭੇਜ ਦਿੱਤੇ ਤੈਨੂੰ ਔਖਾ ਯਾਰ ਤੇਰਾ ਜ਼ਿੰਦਗੀ ਹੋਵੇ ਤੇਰੇ ਵਰਗੀ ਹੋਵੇ ਨਜ਼ਾਰੇ ਲੈਂਦੀ ਆ ਆਰਾਮ ਨਾਲ ਦੇਖ ਲਾ ਪਹਿਲਾਂ ਘੁੰਮੀ ਫਿਰੀ ਜਾਂਦੀ ਸ਼ਹਿਰ ਖਾਈ ਪੀ ਜਾਂਦੀ ਆ ਮੁੜ ਕੇ ਨਜ਼ਾਰੇ ਨੇ ਘਰੇ ਆ ਕੇ ਉਹ ਅੱਛਾ ਨਾਂ ਲਿਖਿਆ ਆ ਬਿਸਕੁਟ ਲੱਭ ਗਿਆ ਉਹਨੂੰ ਖਾਣੇ ਸੀ ਓਏ ਕਿਆ ਲੱਗਦੀ ਹੈ ਜੋਕਰ ਜੀ
ਔਰ ਉਹ ਕਪਤਾਨ ਬਿਸਕੁਟ ਦਾ ਪੈਕਟ ਖੋਲ ਕੇ ਖਾ ਗਿਆ ਬਦਤਮੀਜ਼ੀ ਆ ਇਹ ਆਹ ਵਾਲਾ ਅਕਾਊਂਟ ਹੈ ਇੰਸਟਾਗ੍ਰam ਦੇ ਉੱਤੇ ਬਾਉ 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 ਨਹੀਂ ਕਿਉ ਇਹ ਨਾਮ ਚਾਹੀਦਾ ਕਿੰਨਾ ਪੜੀਆਂ ਪੜੀ ਹੈ ਪੰਜ ਪੜੀਆਂ ਤੇ ਆਉਂਦਾ ਨਹੀਂ ਪੜਨਾ ਇੰਨਾ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਦੱਸ ਦਿੰਦੀ ਇੰਨੀ ਕੀ ਹੈ ਆ ਸੋਹਣੇ ਹੈ ਨਾ ਜੇ ਮੈਂ ਤੁਹਾਨੂੰ ਆਪਣੀ ਇੰਗਲਿਸ਼ ਸੁਣਾਉਂਦੀ ਸਿੰਗਾਪੁਰ ਵਾਲੀ ਫੇਰ ਤੁਹਾਨੂੰ ਸਾਰੀ ਜਾਣੀ ਸਮਝੇ ਕੀ ਨਾ ਤੈਨੂੰ ਸੋਹਣੀ ਚੀਜ਼ ਦਿਖਾਵਾਂ ਹੋਰ ਉਹ ਯਾਰ ਕਿਆ ਤੂੰ ਕਰੀ ਜਾਨੀ ਆ ਦੇਖ ਤਾਂ ਸਹੀ ਉਦੋਂ ਕਿੰਨੀ ਸੋਹਣੀ ਆ ਆਹੋ ਸੋਹਣੀ ਆ ਤੇ ਨਾ ਸੋਹਣੀ ਕਿ ਤਾਂ ਇਹ ਗੁੱਸੇ ਹੋਣਾ ਕਹਿਣਾ ਹੀ ਪੈਣਾ ਬੰਦਾ ਉਦੋਂ ਫਸ ਜਾਂਦਾ ਨਾ ਕਹਿੰਦਾ ਦੇ ਲੈ ਵਿਆਹ ਕਰਾ ਕੇ ਜਿਹੜੀ ਚੀਜ਼ ਨਹੀਂ ਵੀ ਸੋਹਣੀ ਉਹ ਵੀ ਕਹਿਣਾ ਸੋਹਣੀ ਆ ਜੇ ਨਾ ਸੋਹਣੀ ਕਿ ਸਾਰਾ ਦੁੱਧ ਮੂੰਹ ਬਣਾਈ ਰੱਖਣਾ ਸ਼ਾਮ ਤੱਕ ਜਦ ਤੱਕ ਨਹੀਂ ਕਹਿੰਦਾ ਬੰਦਾ ਸੋਹਣੀ ਆ ਹਾਂ ਸੋਹਣੀ ਹੁੰਦਾ ਖਾ ਵੀ ਗਿਆ ਬਿੱਲ ਵੀ ਹੋ ਗਿਆ ਹੁਣ ਤੈਨੂੰ ਨਾ ਪਾਏ ਬਿਸਕੁਟ ਜਾਂ ਬਿਸਕੁਟ ਤੂੰ ਲਾਇਆ ਇਹਨੂੰ ਬਿਸਕੁਟਾਂ ਦੇ ਪਾ ਪਾ ਸਵੇਰ ਨੂੰ ਉੱਠ ਕੇ ਪਹਿਲਾਂ ਉਹਨੇ ਬਿਸਕੁਟ ਪਾ ਕੇ ਆਉਂਦੀ ਆ ਦੋ ਪਾਉਂਦੀ ਹੁੰਦੀ ਮੈਂ ਫਿਰ ਉਹਨੂੰ ਪਤਾ ਆ ਨਾ ਵੀ ਬਿਸਕੁਟ ਹੁੰਦੇ ਇਦਾਂ ਦੇ ਲੱਭ ਲੈਂਦਾ ਚੀਜ਼ ਬਸ ਰਿਪੜ ਗਿਆ ਚਲੋ ਠੀਕ ਆ ਬਾਕੀ ਕਿਸੇ ਨੇ ਆਰਡਰ ਕਰਨੇ ਹੋਏ ਤਾਂ ਜਾ ਕੇ ਇਹਨਾਂ ਨੂੰ ਇੰਸਟਾਗ੍ਰam ਤੇ ਦੇਖ ਲੈ ਵੀਡੀਓ ਚ ਦੱਸ ਦੇਣਾ ਇੰਸਟਾਗ੍ਰam ਤੇ ਇਹਨਾਂ ਨੂੰ ਫੋਲੋ ਕਰ ਚਲ ਉੱਠ ਮੜਾ ਜਾ ਉਰੇ ਆ ਉਂਗਲੀ ਉਂਗਲੀ ਫੜਾ ਉੱਠ ਰੋਟੀ ਲੈ ਕੇ ਚੱਲ ਉਹ ਚ ਸਮਾਨ ਦਾ ਸਮੇਲ ਉਹ ਕਬੋ ਲੱਗੀ ਆ ਹੋਰ ਤੇਰੇ ਗਿਫਟਾਂ ਨਾਲ ਨਹੀਂ ਢੱਡ ਭਰਨਾ ਉਹ ਬਸ ਕਰ ਓਏ ਟਾਈਮ ਸ਼ਾਮ ਦੇ 6:30 ਹੋ ਗਏ ਅਸੀਂ ਵੀ ਸੌਂ ਗਏ ਕਪਤਾਨ ਵੀ ਅੰਦਰ ਹੀ ਸੀ ਹੈਲੋ ਕੀ ਹੋਇਆ ਹੈਲੋ ਕਹਿੰਦਾ ਔਰ ਬਾਹਰ ਬੁਲਾਉਂਦਾ ਉਹ ਦਿਖਾਈ ਇਹਨੂੰ ਆਈ बच गया भी मतलब ओहो माई गॉड है कहना बहुत चामल दी सी गिफ्ट जो कहते है दिखाई दी देखो क्या बना गया कि चमलाया मेन बिस्कुट पा के कद कुछ पा के हजे अंब खाता सच ही कट्ठिया ने करते दसी रोल लगी हूँ आल फर उठ कर अगले फोटो भेज दी तू क्या इदा हो गया पता नहीं की हो तुझे लिया बड़ा वधिया जी दस दई जो कप्तान तो टुट गया चल ठीक है फिर ठीक है अज नहीं आती अजर होगी चल कोई नहीं नवा लै दूंगा चल नवा लै दूंगा एलती आ चली ओकू की करी जाने तू हूँ जान कड़ दूंगे बेचारे की हाँ हाँ देख कहता कहना गल कर तू चल बहुत शान हाँ हाँ तोड़े का बस तोड़े का दे क्या हो गया कहना मुक्का मारू जो कुछ किया आ चलिए आपा नहीं ऐसा मूह लगते चल आया शाबाश कुछ किया है जेड़ा काम इतना ही होता वाह वाह चलो सही है बाकी चलिए गुड जॉब सवेरे सवेरे कहते ड्यूटी शुरू हो जाती चाह नहीं पीती बेचारे ने चाह का कप गया बल्ले आ गए हैं दोबारा कैमरा चक के हाँ जी की हाल चाल है बाकी आप वाला लोग आप इतने एंड करते हैं कल किरण का नुकसान हो गया वीडियो दे देख लेना सारा ने पर किरण ने गुस्सा नहीं किया जे कभी मेरे तो टूट जाए तो चक के ना उन्होंने हले भी इतने डिगया है वो देख लो
ਮੈਂ ਤੂੰ ਚੱਕ ਕੇ ਨਾ ਮੈਂ ਵਿੱਚ ਰੱਖਿਆ ਕੱਲ ਜੇ ਸਾਤੋਂ ਵੀ ਜ਼ੋਰ ਤੋਂ ਟੁੱਟ ਜਾਂਦਾ ਫਿਰ ਕਿਹਨਾਂ ਨੇ ਗੁੱਸਾ ਕਰਨੇ ਕਪਤਾਨ ਦਾ ਨਹੀਂ ਗੁੱਸਾ ਕਰਦਾ ਕਿਉਂ ਨਹੀਂ ਗੁੱਸਾ ਕੀਤਾ ਨਹੀਂ ਉਹਦਾ ਹੀ ਗੁੱਸਾ ਕਰਦੀ ਮੈਨੂੰ ਪਤਾ ਸਾਰੀ ਗੱਲ ਗੁੱਸਾ ਮੈਨੂੰ ਬਹੁਤ ਆਇਆ ਆ ਪਤਾ ਕੀ ਐ ਮੀ ਅਗਲੇ ਨੇ ਕਿੰਨੇ ਪਿਆਰ ਨਾਲ ਚੀਜ਼ ਬਣਾ ਕੇ ਭੇਜੀ ਤੇ ਬਸ ਖਾ ਕੇ ਉਹ ਵੀ ਕਿੰਨੇ ਪਿਆਰ ਨਾਲ ਤੁਸੀਂ ਰੱਖਿਆ ਆ ਉਹ ਵੀ ਤੇ ਮੈਂ ਉੱਥੇ ਰੱਖਿਆ ਸੀ ਉਹਦੇ ਵਿੱਚੋਂ ਨਿਕਲ ਕੇ ਡਿੱਗ ਗਿਆ ਪਿਆਰ ਨਾਲ ਪਿਆਰ ਪਾਸ ਉਹਨੇ ਡਿੱਗਿਆ ਵੀ ਨਹੀਂ ਹੋਣਾ ਪੱਕੀ ਗੱਲ ਆ ਉਹਨੇ ਖਿੱਚਿਆ ਮੂੰਹ ਨਾਲ ਬਾਹਰ ਨੂੰ ਤੱਜ ਖਿੱਚਣਾ ਹੀ ਗੱਲ ਤਾਂ ਇਹ ਕੀ ਹੱਲ ਲੱਭਿਆ ਚਲੋ ਕੋਈ ਗੱਲ ਨਹੀਂ ਤੇ ਬਾਕੀ ਆਹ ਵਲੌਗ ਆਪਾਂ ਇੱਥੇ ਐਂਡ ਕਰਦੇ ਆ ਮਿਲਦੇ ਤੁਹਾਨੂੰ ਅਗਲੇ ਵਲੌਗ ਜਿੱਦੇ ਹੁਣ 11 ਵਜੇ ਵੀਡੀਓ ਆ ਜਾਗਾ ਨਹੀਂ ਦੁਪਹਿਰ ਨੂੰ ਤੁਹਾਨੂੰ ਫੇਰ ਇੱਕ ਵਾਰ ਦੱਸ ਦਈਏ ਬਾਕੀ ਤੁਹਾਨੂੰ ਪਤਾ ਲੱਗੇ ਕਿ ਹੁਣ ਕੱਲ ਦੇ ਵਲੌਗ ਦੇਖ ਕੇ ਜਿਹਨਾਂ ਨੇ ਦੇਖਿਆ ਠੀਕ ਆ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਟ੍ਰਿਪ ਵੀ ਆ ਰਿਹਾ ਘੈਂਟ ਜਿਹਾ ਆਪਣਾ ਤੇ ਕੱਲ ਨੂੰ ਵਿਆਹ ਵੀ ਆ ਰਿਹਾ ਠੀਕ ਆ ਵੈਸੇ ਜਾਣਾ ਅੱਜ ਸੀਗਾ ਸੀ ਅੱਜ ਸਾਡਾ ਕੈਂਸਲ ਹੋ ਗਿਆ ਡੈਡੀ ਜਾਊਗੇ ਤੇ ਕੱਲ ਨੂੰ ਫਿਰ ਆਪਾਂ ਵਿਆਹ ਤੇ ਜਾਵਾਂਗੇ ਠੀਕ ਆ ਤੇ ਚਲੋ ਬਾਏ ਬਾਏ ਓਕੇ ਬਾਏ ਬਾਏ ਟਾਟਾ ਤੇ ਮਿਲਦੇ ਤੁਹਾਨੂੰ ਆਪਾਂ ਅਗਲੀ ਵੀਡੀਓ 'ਚ ਸਾਰਿਆਂ ਨੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਇੱਕ ਸੋਹਣਾ ਜਿਹਾ ਕਮੈਂਟ बुटीक ते भी लेट जाना जे जाना हुंदा बट अज तां बुटीक ते ऑफ ही है ते रोज इहनूं उठा लो पवने नूं भी उठ पवने 8 वज चले 8 वजे जदों तक ओह सूई 8 मतलब प्रोपर नहीं 8 वजदे उदों तक इह हिलणा नहीं हैगा ਜਦੋਂ ਅੱਜ ਸੰਡੇ ਸੀ ਮੈਂ ਭਾਵੇਂ ਨੇ ਰਾਤੀ ਹੀ ਧਾਰ ਲਿਆ ਸੀ ਮੈਂ ਕਿਹਾ ਦੇਖੀ ਇਹਨੇ ਸਵੇਰ ਨੂੰ ਖੜੋਮ ਲੈਣੀ ਉੱਠ ਕੇ ਕੱਢ ਜਾਣਾ ਆ ਖੜੋਮ ਬਦਣੀ ਲੈ ਤੇ ਹੋਰ ਕੀ ਸਵੇਰ ਨੂੰ ਉਹੀ ਗੱਲ ਹੋ ਗਈ ਨੇ ਮੈਨੂੰ ਇੰਨਾ ਗੁੱਸਾ ਆਇਆ ਯਾਰ ਉੱਠ ਪਹਿਲਾਂ ਤਾਂ 5 ਵਜੇ ਉੱਠ ਗਿਆ ਸੀ ਕਿਹੜੀ ਗੱਲ ਹੈ 6 ਵਜੇ ਦੁਆਰਾ ਉੱਠਿਆ 5 ਵਜੇ ਨਹੀਂ ਨਹੀਂ ਕੀ ਗੱਲ ਐਤਵਾਰ ਨੂੰ ਨਹੀਂ ਨੀਂਦ ਆਉਂਦੀ ਪਤਾ ਨਹੀਂ ਕੁਦਰਤੀ ਆ ਐਤਵਾਰ ਨੂੰ ਮੈਂ ਉੱਠ ਖੜਦਾ ਬਾਕੀ ਦਿਨ ਮੈਂ ਤਾਂ ਉੱਠੇ ਨਹੀਂ ਹੁੰਦਾ ਬਾਕੀ ਦਿਨ 8 ਵਜੇ ਉੱਠਦਾ ਮਸੀ ਮੈਨੂੰ ਸੌਣ ਨੂੰ ਮਿਲਣਾ ਸੀ ਅੱਜ ਫੇਰ ਦੁਆ ਜਿਮੀਦਾਰਾਂ ਦੇ ਮੁੰਡੇ ਹੁਣ ਪੱਕੀ ਗੱਲ ਹੋ ਗਈ ਹੁਣ ਹੋ ਗਈ ਪੱਕੀ ਗੱਲ ਹੁਣ ਸਵੇਰ ਨੂੰ ਸਭ ਤੋਂ ਪਹਿਲਾਂ ਤੂੰ ਹੀ ਉੱਠਣਾ ਉੱਠ ਕੇ ਚਾਹ ਬਣਾਏਗਾ ਨਹੀਂ ਮੈਨੂੰ ਚਾਹ ਦਾ ਨਹੀਂ ਮੰਮੀ ਬਣਾ ਲੈਂਦੇ ਆ ਉੱਠਣਾ ਮੇਰੇ ਤੋਂ ਪਹਿਲਾਂ ਤੂੰ ਹੁਣ ਆਪ ਆ ਮੈਂ ਨਹੀਂ ਠਾਲਿਆ ਕਰਨਾ ਉੱਠ ਉੱਠ ਕੇ ਨਾ ਖਾਲੀ ਵਧੀਆ 9 ਵਜੇ ਉੱਠਿਆ ਕਰੂੰਗਾ ਨਾ ਕੋਈ ਮੈਨੂੰ ਕੋਈ ਗੱਲ ਨਹੀਂ ਮੈਂ ਵੀ ਨਹੀਂ ਉੱਠਣਾ ਬਹੁਤ ਵਧੀਆ ਹੋ ਗਿਆ ਚੱਲ ਹੁਣ ਕਿਹੜੀ ਗੱਲ ਤੇ ਲੜਨ ਲੱਗੀ ਹਾਂ ਸਵੇਰੇ ਸਵੇਰੇ ਸ਼ੁਰੂ ਹੋ ਜਾਂਦੀ ਆ ਕੰਮ ਆ ਗਿਆ ਕਰਾਂਗੇ ਨਾ ਬੰਦਾ ਸੌਂ ਸਕਦਾ ਜਲਦੀ ਉੱਠ ਤਾਂ ਲੜਾਈ ਲੇਟ ਉੱਠੋ ਤਾਂ ਲੜਾਈ ਕੋਈ ਟੈਨਸ਼ਨ ਨਹੀਂ ਵਿਆਹ ਵੀ ਉੱਪਰ ਮੰਡੇ ਟੂ ਸੈਟਰਡੇ ਜਲਦੀ ਉੱਠੋ ਸੰਡੇ ਨੂੰ ਲੇਟ ਉੱਠੋ ਸੰਡੇ ਨੂੰ ਉੱਠੋ ਹੀ ਨਾ 6 ਵਜੇ ਉੱਠੋ ਸ਼ਾਮ 6 ਉੱਠ ਗਾ ਉਹ ਅੱਛਾ ਨੀਰਾ ਹੋ ਚੱਲ ਦੁਬਾਰਾ ਸਾਂਝੀ ਉਹ ਗੱਲਾਂ ਦੇ ਕਿਹੜੀਆਂ ਕਰਦੀ ਹੈ ਗਲਤ ਗੱਲ ਆ ਕੋਈ ਗੱਲ ਨਹੀਂ ਤਾਂ ਦੱਸੂਗੀ ਕੱਲ ਨੂੰ ਦੱਸੂਗੀ ਕੋਈ ਓਕੇ ਜੀ ਹਾਂ ਚਲੋ ਠੀਕ ਆ ਬਾਕੀ ਬਾਏ ਬਾਏ ਯਾਰ ਸਾਡਾ ਤਾਂ ਕੰਮ ਚੱਲਦਾ ਰਹਿਣਾ ਤੁਹਾਨੂੰ ਪਤਾ ਹਾਂ ਤੇਰੀ ਮਨ ਨੱਕ ਵੱਟ ਕੇ ਉੱਥੇ ਬਾਹਰ ਟੰਗ ਦੇਣੀ ਆ ਅੱਛਾ ਚੰਗਾ ਬਾਏ ਬਾਏ ਓਕੇ ਮਿਲਦਾ ਤੁਹਾਨੂੰ ਅਗਲੀ ਵੀਡੀਓ 'ਚ